जिला फरीदकोट के कोटकपुरा विच अज उस समय वड्डा हादसा होणो टल गया जदों पिंड दे बच्चियां नूं लैके जा रही एक स्कूली वैन नूं ऑर्बिट बस ने टक्कर मार दिती अते वैन दूजे पासे पलट गई। इस विच 15 दे करीब बच्चे सवार सन अते कई बच्चे मामूली सट्टां लगण कारण जख्मी भी हो गए सन जिन्हां नूं नेड़ले हस्पताल लजाया गया अते उन्हां दा इलाज किया गया। पुलिस ने मौके ते पहुंच के बस नूं अपने कब्जे च लै लिया अते अगलेरी कार्रवाई शुरू कर दिती है। ਹਰੀਕੇ ਗਲਾਂ ਤੋਂ ਬੱਚੇ ਹਰੀਕੇ ਗਲਾਂ ਤੋਂ ਸੂਰੇ ਵਾਲੇ ਤੋਂ ਅਤੇ ਖਾਰੇ ਤੋਂ ਬੱਚੇ ਲੈ ਕੇ ਗਲੋਬਲ ਸਕੂਲ ਅਤੇ ਦਸ਼ਮੇਸ਼ ਪਬਲਿਕ ਸਕੂਲ 'ਚ ਜਾ ਰਹੀ ਸੀ ਵੈਨ। ਇਹ ਪਿੱਛੋਂ ਬੱਸ ਆਈ, ਇੱਕ ਉਸਨੇ ਓਵਰਟੇਕ ਕਰਨ ਲੱਗੇ, ਉਹਦੇ ਟੱਕਰ ਲੱਗ ਗਈ ਅਤੇ ਇਹ ਹਾਦਸਾ ਹੋ ਗਿਆ। ਅਤੇ ਇਹਦੇ ਵਿੱਚ ਕੋਈ ਜ਼ਖਮੀ ਜੁਖਮੀ ਜਾਂ ਹੋਰ ਇਸ ਤਰ੍ਹਾਂ ਦਾ ਜੀ? ਬੱਚਿਆਂ ਦੇ 15 ਬੱਚੇ ਸੀ ਵਿੱਚ ਵੈਨ ਦੇ, ਥੋੜ੍ਹੀਆਂ ਬਹੁਤੀਆਂ ਸੱਟਾਂ ਲੱਗੀਆਂ, ਉਹਨਾਂ ਫਸਟ ਏਡ ਲਈ ਭੇਜ ਦਿੱਤਾ। ਠੀਕ ਹੈ, ਕੋਈ ਸਭ ਠੀਕ ਠਾਕ। ਇਹ ਪਤਾ ਲੱਗਿਆ ਵੀ ਉਹ ਪਿੱਛੇ ਜਿਹੜੀ ਬੱਸ ਆ ਰਹੀ ਸੀਗੀ ਉਹ ਕਿਸ ਕਿਸ ਚੀਜ਼ ਕਿਹੜੀ ਬੱਸ ਸੀਗੀ? ਡੱਬ ਵਾਲੀ ਟਰਾਂਸਪੋਰਟ ਦੀ ਬੱਸ ਸੀ। ਫਿਲਹਾਲ ਬੱਸ ਜਿਹੜੀ ਹੈਗੀ ਆ ਉਹ ਤੁਸੀਂ ਕੀਤੀ ਕਵਰ ਆਪਣੀ? ਹਾਂ, ਕਵਰ ਹੀ। ਠੀਕ ਹੈ ਜੀ। ਵਿੱਚ ਬੱਚਿਆਂ ਦੀ ਸਕੂਲ ਵੈਨ ਦਾ ਸਰ ਤੁਸੀਂ ਵੀ ਪਹੁੰਚੇ ਹੋ, ਕਿਸ ਤਰੀਕੇ ਦਾ ਸਰ ਕੀ ਹਾਦਸਾ ਵਾਪਰਿਆ ਅਤੇ ਕੀ ਪ੍ਰਸ਼ਾਸਨ ਨੂੰ ਹਦਾਇਤਾਂ ਦਿੱਤੀਆਂ? ਮੈਂ ਹੁਣੇ ਆਇਆ ਜੀ, ਔਰ ਇੱਥੇ ਪਤਾ ਲੱਗਿਆ ਵੀ ਸਕੂਲ ਵੈਨ ਜਿਹਦੇ ਪਿੱਛੋਂ ਬੱਸ ਵਾਲੇ ਨੇ ਮਾਰੀ, ਔਰ ਪਹਿਲੀ ਨਜ਼ਰ ਇਹ ਲੱਗਦਾ ਵੀ ਬੱਸ ਜ਼ਿਆਦਾ ਤੇਜ਼ ਹੋਈ ਕਿਉਂਕਿ ਉਹਦਾ ਮੂੰਹ ਹੀ ਦੂਜੇ ਪਾਸੇ ਘੁਮਾਤਾ, ਜਿਹਦੇ ਜਿਹੜੀ ਬੱਚਿਆਂ ਵਾਲੀ ਵੈਨ ਹੈ ਉਹਦਾ ਮੂੰਹ ਦੂਜੇ ਪਾਸੇ ਘੁਮਾਤਾ, ਇੰਨੀ ਜ਼ੋਰ ਦੀ ਵੱਜੀ ਆ। ਸੋ ਹਜੇ ਤਾਂ ਜਿਹੜੀ ਮੇਨ ਫੋਕਸ ਇਹ ਆ ਬੱਚੇ ਵੀ ਠੀਕ ਹੋਣ, ਜੇ ਕਿਸੇ ਦਾ ਇਲਾਜ ਮਤਲਬ ਉਹਨਾਂ ਦਾ ਠੀਕ ਹੋਵੇ ਅਤੇ ਬਾਕੀ ਜਿਹੜੀ ਕਾਨੂੰਨੀ ਕਾਰਵਾਈ ਆ ਉਹ ਸਖ਼ਤ ਤੋਂ ਸਖ਼ਤ ਟਰਾਂਸਪੋਰਟ ਕੰਪਨੀ ਦੇ ਖਿਲਾਫ਼ ਕਰਵਾਉਣ। ਕਿੰਨੇ ਬੱਚੇ ਸੀ ਵਿੱਚੋਂ ਜੀ? ਇਹ ਹੁਣੇ ਦੱਸ ਦਿੰਦੇ ਜੀ, ਡਿਟੇਲ ਲੈ ਲੈਂਦੇ ਹਾਂ। ਡਿਟੇਲ ਅਕਸਰ ਵੇਖਣ ਨੂੰ ਮਿਲਦਾ ਜਿਹੜੇ ਪ੍ਰਾਈਵੇਟ ਬੱਸਾਂ ਵਾਲਿਆਂ ਦੀ ਸਪੀਡ ਬਹੁਤ ਜ਼ਿਆਦਾ ਹੁੰਦੀ ਹੈ, ਅਕਸਰ ਜਿੰਨੇ ਵੀ ਹਾਦਸੇ ਵਾਪਰਦੇ ਆ ਪ੍ਰਾਈਵੇਟ ਬੱਸਾਂ ਕਰਕੇ ਵਾਪਰਦੇ, ਕੋਈ ਸਰਕਾਰ ਵੱਲੋਂ ਇਸ ਬਾਰੇ ਨਹੀਂ ਕੋਈ? ਉਹਦੇ ਵਾਸਤੇ ਮੈਂ ਹੁਣ ਟਰਾਂਸਪੋਰਟ ਡਿਪਾਰਟਮੈਂਟ ਨਾਲ ਟਰਾਂਸਪੋਰਟ ਮੰਤਰੀ ਨਾਲ ਗੱਲ ਕਰਦਾ, ਔਰ ਇਹਨਾਂ 'ਤੇ ਜਿਹੜਾ ਮੈਂਡੇਟਰੀ ਹੁੰਦਾ ਇੱਕ ਸਪੀਡ ਗਵਰਨਰ, ਉਹ ਇਨਸ਼ੋਰ ਕਰਨਾ ਵੀ ਇਹਨਾਂ 'ਤੇ ਸਪੀਡ ਗਵਰਨਰ ਪ੍ਰੋਪਰ ਲੱਗੇ।